ਫਿਰੋਜ਼ਪੁਰ ਪੁਲਿਸ ਨੇ ਵੱਖ ਵੱਖ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕੀਤਾ ਗ੍ਰਿਫਤਾਰ। ਫਿਰੋਜ਼ਪੁਰ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ, ਜਿਸ ਦੇ ਤਹਿਤ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਫਿਰੋਜ਼ਪੁਰ ਵਿੱਚ ਅਲੱਗ ਅਲੱਗ ਥਾਵਾਂ ਤੋਂ ਚੋਰੀ ਹੋਏ 10 ਮੋਟਰਸਾਈਕਲਾਂ ਨੂੰ ਬਰਾਮਦ ਕੀਤਾ। ਲੁੱਟਖੋਹ ਕਰਨ ਵਾਲੇ 2 ਸਨੈਚਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। SPD ਰਣਧੀਰ ਕੁਮਾਰ ਨੇ ਦੱਸਿਆ ਕਿ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਪੁਲਿਸ ਨੇ ਸਖ਼ਤ ਰਵੱਈਆ ਅਖਤਿਆਰ ਕੀਤਾ ਅਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੋਟਰਸਾਈਕਲ ਚੋਰੀ ਦੇ ਪਕੜੇ ਔਰ ਕਿੰਨੇ ਆਦਮੀ ਨਾਲ ਪਕੜੇ ਗਏ? SSP ਫਿਰੋਜ਼ਪੁਰ ਸੇ ਦੀਪਕ ਖਿਲੋੜੀ ਜੀ ਦੇ ਨਿਰਦੇਸ਼ ਸੀਗੇ ਕਿ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਜਾਏ ਜੋ ਸ਼ਹਿਰ ਵਿੱਚ ਜਿਹੜੀ ਚੋਰੀ ਦੀ ਘਟਨਾਵਾਂ ਹੋ ਰਹੀਆਂ ਉਹਨੂੰ ਟਰੇਸ ਕਰਨ ਲਈ, ਅਤੇ DSPD ਦੇ ਲੀਡਰਸ਼ਿਪ ਵਿੱਚ CIA ਇੰਚਾਰਜ ਦੀ ਟੀਮ ਇੱਕ ਗਠਨ ਕੀਤੀ ਗਈ ਸੀ। ਇਹ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 9 ਅਕਤੂਬਰ ਨੂੰ ਇੱਕ ਚੋਰ ਲਾਸੀ ਗੁਰਜੀਤ ਉਹਨੂੰ ਫੜਿਆ ਗਿਆ ਸੀ, ਆਰੋਪੀ ਨੂੰ। ਉਹਨੂੰ ਜਦੋਂ 2 ਦਿਨ ਦਾ ਉਹਦਾ ਰਿਮਾਂਡ ਲਿੱਤਾ ਗਿਆ ਤਾਂ ਹੁਣ 9 ਹੋਰ ਮੋਟਰਸਾਈਕਲ ਬਰਾਮਦ ਹੋਇਆ। ਤਾਂ ਟੋਟਲ 10 ਮੋਟਰਸਾਈਕਲ ਜਿਹੜੀ ਹੈਗੀ ਉਹਦੀ ਰਿਕਵਰੀ ਹੈਗੀ ਗੁਰਜੀਤ ਵੱਲੋਂ ਜੀ। ਇੱਕੋ ਬੰਦੇ ਕੋਲ ਨਿਕਲੀ ਹੈ ਜੀ? ਜੀ, ਇਹ ਜਿਹੜਾ ਗੁਰਜੀਤ ਹੈਗਾ ਉਹਨੇ ਹੀ ਵੱਖ ਵੱਖ ਥਾਵਾਂ 'ਤੇ ਰਿਕਵਰੀ ਕਰੀ ਹੈ। ਲੋਕਲ ਚੋਰੀਆਂ ਕੀਤੀਆਂ ਜਾਂ ਬਾਹਰੋਂ ਚੋਰੀਆਂ ਕੀਤੀਆਂ? ਇਹ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਕਿ ਕਿੱਥੋਂ ਕਿੱਥੋਂ ਹੋਰ ਚੋਰੀ ਕੀ ਹੈ ਰਿਮਾਂਡ 'ਤੇ ਲੈ ਕਰਕੇ। ਵਾਲੇ ਜਿਹੜੇ ਮੋਬਾਈਲ ਫੋਨ ਕਿੱਥੇ ਕਿੱਥੇ ਵੇਚਦੇ ਆ ਇਹ ਤੁਸੀਂ ਪਤਾ ਕਿਵੇਂ? SSP ਫਿਰੋਜ਼ਪੁਰ ਸੇ ਦੀਪਕ ਖਿਲੋੜ ਜੀ ਵੱਲੋਂ ਜਿਹੜੇ ਨਿਰਦੇਸ਼ ਸੀਗੇ ਕਿ ਵਰਤੀ ਸਨੈਚਿੰਗ ਦੀ ਘਟਨਾ ਉਹ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਜਾਵੇ, ਅਤੇ DSP ਡੀ ਬਲਕਾਰ ਸਿੰਘ ਜੀ, CIA ਇੰਚਾਰਜ ਹਰਪ੍ਰੀਤ ਜੀ, DSP CT ਸੁਰਿੰਦਰ ਬੰਸਲ, ਅਤੇ SHO ਅਭਿਨਵ ਚੌਹਾਨ, SHO ਜਤਿੰਦਰ ਦੀ ਜਿਹੜੀ ਵੱਖ ਵੱਖ ਟੀਮਾਂ ਬਣਾਈ ਗਈ ਸੀ ਉਹਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਜਿਹੜਾ ਪਵਨ ਉਰਫ ਰੋਹਿਤ ਉਰਫ ਮੂਲੀ ਜਿਹੜਾ ਇਹ ਸਨੈਚਿੰਗ ਦੀ ਵਾਰਦਾਤ ਕਰਨ ਦਾ ਆਦੀ ਸੀਗਾ, ਇਹਨੂੰ 7 ਅਕਤੂਬਰ ਨੂੰ ਫੜਿਆ ਗਿਆ ਸੀ। ਜਦੋਂ ਰਿਮਾਂਡ ਲੈ ਕੇ ਇਸ ਦੀ ਪੁੱਛਗਿੱਛ ਹੋਈ ਤਾਂ ਇਹਨੇ ਇਹ ਦੱਸਿਆ ਕਿ ਜਿਹੜਾ ਚੋਰੀ ਦੇ ਮੋਬਾਈਲ ਸੀ ਇਹ 2 ਦੁਕਾਨਦਾਰਾਂ ਨੂੰ ਵੇਚਦਾ ਸੀ। ਇੱਕ ਦਾ ਨਾਮ ਸੀ ਸਤੀਸ਼ ਕੁਮਾਰ ਚੋਪਰਾ। ਇਸ ਤੋਂ 5 ਮੋਬਾਈਲ ਦੀ ਰਿਕਵਰੀ ਕੀਤੀ ਗਈ ਹੈ ਅਤੇ ਇਸ 'ਤੇ ਵੀ ਪਰਚੇ ਵਿੱਚ ਇਹਨੂੰ ਵੀ ਨੋਮੀਨੇਟ ਕੀਤਾ ਗਿਆ। ਦੂਜੇ ਦਾ ਨਾਮ ਸੀ ਲੋਕੇਸ਼ ਕੁਮਾਰ ਬਬਲੂ। ਇਸ 'ਤੇ 2 ਮੋਬਾਈਲ ਦੀ ਰਿਕਵਰੀ ਹੈਗੀ, ਇਹਨੂੰ ਵੀ ਪਰਚੇ ਵਿੱਚ ਨੋਮੀਨੇਟ ਕੀਤਾ ਗਿਆ। ਮੇਰੀ ਆਹ ਵੀ ਬੇਨਤੀ ਹੈਗੀ ਜਿੰਨੇ ਵੀ ਮੋਬਾਈਲ ਸ਼ੋਪ ਓਨਰ ਹੈਗੇ ਕਿ ਜਦੋਂ ਵੀ ਕੋਈ ਪੁਰਾਣਾ ਮੋਬਾਈਲ ਫੋਨ ਲੈ ਕੇ ਤੁਹਾਨੂੰ ਵੇਚਣੇ ਆਉਂਦਾ ਹੈ ਉਹਨੂੰ ਤੁਸੀਂ ਜ਼ਰੂਰ ਵੇਰੀਫਾਈ ਕਿਹਾ ਕਰੋ ਕਿ ਮੋਬਾਈਲ ਫੋਨ ਇਹਦਾ ਹੈਗਾ ਨਹੀਂ ਹੈਗਾ। ਬਿੱਲ ਤੁਸੀਂ ਦੇਖਿਆ ਕਰੋ, ਉਹਦਾ ਆਧਾਰ ਕਾਰਡ ਜਿਹੜਾ ਹੈਗਾ ਉਹ ਲਿਆ ਕਰੋ, ਤਾਂ ਕਿ ਕੋਈ ਗਲਤ ਬੰਦਾ ਮੋਬਾਈਲ ਫੋਨ ਵੇਚ ਕੇ ਨਾ ਜਾਵੇ। ਅਤੇ ਅਸੀਂ ਹੋਰ ਮਾਨਯੋਗ DC ਸਾਹਿਬ ਨੂੰ ਇੱਕ ਪੱਤਰ ਵੀ ਲਿਖ ਰਹੇ ਹਾਂ ਕਿ ਇੱਕ 144 ਦੇ ਤਹਿਤ ਇੱਕ ਆਰਡਰ ਕੀਤਾ ਜਾਵੇ ਕਿ ਜਿੰਨੀਆਂ ਵੀ ਕਬਾੜੀਆਂ ਹੈਗੇ, ਜਿੰਨੇ ਵੀ ਸੁਨਿਆਰੇ ਹੈਗੇ, ਜਿੰਨੇ ਵੀ ਮੋਬਾਈਲ ਸ਼ੋਪ ਓਨਰ ਹੈਗੇ, ਇਲੈਕਟ੍ਰੋਨਿਕ ਸ਼ੋਪ ਓਨਰ ਹੈਗੇ, ਜੋ ਪੁਰਾਣੀ ਜਾਂ ਕੋਈ ਗਰੇਜ ਵਾਲਾ ਹੈ ਜੋ ਪੁਰਾਣੀ ਗਾੜੀ ਨੂੰ ਖਰੀਦਦਾ, ਜਦੋਂ ਵੀ ਪੁਰਾਣੀ ਗਾੜੀਆਂ, ਪੁਰਾਣੇ ਮੋਬਾਈਲ, ਕੋਈ ਪੁਰਾਣੇ ਸੋਨੇ ਚਾਂਦੀ ਦੇ ਜਵਰਾਤ ਜਾਂ ਕੋਈ ਹੋਰ ਵੀ ਪੁਰਾਣੇ ਸਮਾਨ ਖਰੀਦਦੇ ਹੈ, ਇੱਕ ਵੱਖਰਾ ਰਜਿਸਟਰ ਮੇਨਟੇਨ ਕਰਨ ਅਤੇ ਉਹ ਰਜਿਸਟਰ ਵਿੱਚ ਆਧਾਰ ਕਾਰਡ ਨੰਬਰ, ਮੋਬਾਈਲ ਫੋਨ ਨੰਬਰ ਜ਼ਰੂਰ ਰੱਖਣ ਉਨ ਲੋਕਾਂ ਦਾ ਜਿਹੜੇ ਇਹ ਸਮਾਨ ਵੇਚਣੇ ਆਉਂਦੇ ਹੈ। ਨਾਲ ਨਾਲ ਇਹ ਵੀ ਸਾਡੀ ਬੇਨਤੀ ਹੈਗੀ ਇਹ ਸਾਰੇ ਦੁਕਾਨਦਾਰਾਂ ਤੋਂ ਕਿ ਆਪਣੀ ਦੁਕਾਨ ਵਿੱਚ CCTV ਕੈਮਰਾ ਜ਼ਰੂਰ ਲਾਉਣ ਕਿ ਜਿਹੜਾ ਵੀ ਬੰਦਾ ਇਹ ਵੇਚਣ ਆਉਂਦਾ ਹੈ ਉਹਦਾ ਰਿਕਾਰਡ ਜਾਂ ਇੱਕ ਮਿੰਟ ਜਾਂ ਹੋਵੇ। ਸਿਟੀ ਦੇ ਅਧੀਨ ਆਪਣੇ ਕੋਈ ਸਨੈਚਰ ਹੋਰ ਪਕੜੇ ਗਿਆ? ਜਿਹੜਾ ਥਾਣਾ ਸਿਟੀ ਹੈਗਾ ਮਾਨਯੋਗ SSP ਫਿਰੋਜ਼ਪੁਰ ਸੇ ਦੀਪਕ ਖਿਲੋੜ ਜੀ ਵੱਲੋਂ ਨਿਰਦੇਸ਼ ਸੀਗੇ ਕਿ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਜਾਏ ਜੋ ਜਿੰਨੇ ਵੀ ਸਨੈਚਰ ਹੈਗੇ ਉਹਨੂੰ ਟਰੇਸ ਕਰਨ। ਇਹਦੇ ਲਈ DSP ਡੀ ਬਲਕਾਰ ਸਾਹਿਬ, DSP CT ਬੰਸਲ ਸਾਹਿਬ, DSP ਰੂਰਲ ਸੰਦੀਪ ਜੀ ਅਤੇ CIA ਇੰਚਾਰਜ ਹਰਪ੍ਰੀਤ, SHO CT ਜਤਿੰਦਰ, SHO ਸਦਰ ਦੀ ਟੀਮ ਵੱਖ ਵੱਖ ਬਣਾਈ ਗਈ ਸੀ। ਇਹ ਟੀਮਾਂ ਨੂੰ ਜਿਹੜੀ ਜਤਿੰਦਰ SHO CT ਹੈ ਉਹਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ। ਕੱਲ੍ਹ ਜਦ ਇੱਕ ਮੁਖਬਿਰ ਖਾਸ ਵੱਲੋਂ ਇਤਲਾਹ ਮਿਲੀ ਕਿ ਮੋਦੀ ਮਿਲ ਨੇੜੇ ਜਿਹੜੇ 2 ਸਨੈਚਰ ਹੈਗੇ, 2 ਚੋਰੀ ਦੇ ਵਾਰਦਾਤ ਕਰਨੇ ਦੇ ਆਦੀ ਹੈਗੇ, ਉਹ ਉੱਥੇ ਘੁੰਮ ਰਹੇ ਹੈ। ਅਤੇ ਮਨਪ੍ਰੀਤ, ਜਦੋਂ ਪੁਲਿਸ ਪਾਰਟੀ ਨੂੰ ਤਾਂ ਪਿੱਛਾ ਕੀਤਾ ਗਿਆ ਤਾਂ ਇਹ ਪਤਾ ਚੱਲਿਆ ਕਿ ਮਨਪ੍ਰੀਤ ਸਿੰਘ ਉਰਫ ਮੰਨੀ ਅਤੇ ਵਕੀਲ ਸਿੰਘ ਉਰਫ ਬੱਗੀ ਇਹ 2 ਹੈਗੇ। ਜਦੋਂ ਪੁਲਿਸ ਪਾਰਟੀ ਦਾ ਪਿੱਛਾ ਕਰ ਰਹੀ ਸੀ ਤਾਂ ਬਸਤੀ ਸੋਨੋਵਾ ਨੇੜੇ ਕੁਦਰਤੀ ਤੌਰ 'ਤੇ ਇਹ ਇਨਕਾ ਜਿਹੜਾ ਮੋਟਰਸਾਈਕਲ ਸੀ ਉਹ ਡਿੱਗ ਪਿਆ ਅਤੇ ਜਿਹੜਾ ਮਨਪ੍ਰੀਤ ਮੰਨੀ ਸੀਗਾ ਉਹਦਾ ਜਿਹੜਾ ਲੱਤ ਸੀ ਉਸ ਵਿੱਚ ਫ੍ਰੈਕਚਰ ਆ ਗਿਆ ਅਤੇ ਜਿਹੜਾ ਵਕੀਲ ਸਿੰਘ ਆ ਉਹਦੇ ਹੱਥ ਵਿੱਚ ਫ੍ਰੈਕਚਰ ਆ ਗਿਆ। ਪੁਲਿਸ ਪਾਰਟੀ ਨੇ ਤੁਰੰਤ ਉਹਨੂੰ ਸਿਵਲ ਹੋਸਪਿਟਲ ਲੈ ਜਾ ਕੇ ਉਹਦਾ ਇਲਾਜ ਕਰਾਇਆ ਅਤੇ ਨਾਲ ਨਾਲ ਜਿਹੜੀ ਇੱਕ ਮੋਟਰਸਾਈਕਲ ਸੀਗੀ ਅਤੇ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਅਤੇ ਕਾਪਾ ਸੀਗਾ ਉਹ ਰਿਕਵਰੀ ਕਰੀ ਅਤੇ ਪਰਚਾ ਦਿੱਤਾ। ਰਿਕਾਰਡ ਜਦੋਂ ਪੜਤਾਲ ਕੀਤੀ ਗਈ ਤਾਂ ਪਾਇਆ ਗਿਆ ਕਿ ਜਿਹੜਾ ਮਨਪ੍ਰੀਤ ਸਿੰਘ ਹੈਗਾ, ਮਨਪ੍ਰੀਤ ਸਿੰਘ ਉਰਫ ਮੰਨੀ, ਉੱਥੇ ਪਹਿਲੇ ਵੀ ਮੁਕੱਦਮੇ ਦਰਜ ਨੇ NDPS ਦੇ, ਖੋ ਦੇ ਅਤੇ NDPS ਦੇ।
नशे के खो दे ते जरा दूजा है वकील सिंह उसके NDPS नशे का पर्चा पहले तो भी दर्ज है जी बिल्कुल बरामदगी भी जी एक मोटरसाइकिल से कापा बरामद हुआ है जी सर एक दूजी के रोड से जी ਅਸੀਂ ਪੁੱਛਗਿੱਛ ਅਸੀਂ ਤਫਤੀਸ਼ ਕਰ ਰਹੇ ਹਾਂ ਪੁੱਛਗਿੱਛ ਕਰ ਰਹੇ ਹਾਂ ਵੈਰੀਫਾਈ ਕਰਕੇ ਆਪਾਂ ਦੱਸ ਦਿੰਦੇ ਹਾਂ ਅਤੇ ਸਾਫ ਸੁਥਰੇ ਇਨਵਾਇਰਨਮੈਂਟ ਦੇ ਵਿੱਚ ਬੈਸਟ ਏਸੀ ਰੂਮ ਲੈ ਕੇ ਆਇਆ ਹੈ ਤੁਹਾਡੇ ਲਈ ਸਟਾਰ ਲੋਜ ਜੀ ਹਾਂ ਬੰਗਾ ਸ਼ਹਿਰ ਵਿੱਚ ਹੁਣ ਖੁੱਲ ਚੁੱਕਾ ਹੈ ਸਟਾਰ ਲੋਜ ਵਧੇਰੇ ਜਾਣਕਾਰੀ ਲਈ ਅੱਜ ਹੀ ਵਿਜ਼ਿਟ ਕਰੋ ਸਟਾਰ ਕੰਪਲੈਕਸ ਸ਼ਾਪਿੰਗ ਮਾਲ 2nd ਫਲੋਰ ਮੇਨ ਰੋਡ ਬੰਗਾ ਜਾਂ ਫਿਰ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰੋ 98764 024443 0183 500 312